ਪੰਜਾਬ ਦੇ ਮੁੱਦਿਆਂ 'ਤੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਬੇਨਕਾਬ ਹੋਈ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਚਿਹਰਾ ਨੰਗਾ ਹੋਇਆ, ਸਬੂਤ ਤੁਹਾਨੂੰ ਦੇਣ ਜਾ ਰਹੇ ਹਾਂ ਔਰ ਦੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਕਿ ਅੱਜ ਬਹੁਤ ਵੱਡਾ ਦਿਨ ਸੀ ਪੂਰੇ ਭਾਰਤ ਦੇ ਵਾਸਤੇ ਹੀ, ਪੰਜਾਬ ਦੇ ਵਾਸਤੇ ਵੀ, ਕਿਉਂਕਿ ਅੱਜ ਕੇਂਦਰ ਸਰਕਾਰ ਨੇ ਅੱਜ ਆਪਣਾ ਜਿਹੜਾ ਉਹ ਬਜਟ ਪੇਸ਼ ਕਰਨਾ ਸੀ। ਬਜਟ ਪੇਸ਼ ਕਰ ਦਿੱਤਾ ਗਿਆ, ਉਸ ਤੋਂ ਬਾਅਦ ਤਮਾਮ ਜਿਹੜੇ ਕਾਂਗਰਸ ਦੇ MP ਸੀਗੇ, ਇੱਕੋ ਇੱਕ MP ਅਕਾਲੀ ਦਲ ਦੇ, ਉਹਨਾਂ ਨੇ ਉਸ ਬਜਟ ਨੂੰ ਜਿਹੜਾ ਕਾਫੀ ਵੱਡੇ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਨਕਾਰਿਆ ਕਿ ਭਾਈ ਇਹਦੇ ਵਿੱਚ ਪੰਜਾਬ ਦੇ ਲਈ ਤਾਂ ਕੁਝ ਕੇਂਦਰ ਸਰਕਾਰ ਨੇ ਰੱਖਿਆ ਹੀ ਨਹੀਂ ਹੈ। ਜਿੱਥੇ ਕਾਂਗਰਸ ਦੇ MP ਇਹ ਜਿਹੜੇ ਇਸ ਬਜਟ ਦੇ ਖਿਲਾਫ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ ਕਿ ਭਾਈ ਪੰਜਾਬ ਨੂੰ ਇਹਦੇ ਵਿੱਚ ਤੁਸੀਂ ਕੁਝ ਦਿੱਤਾ ਨਹੀਂ, ਤਾਂ ਦੂਜੇ ਪਾਸੇ ਪੰਜਾਬ ਦੇ ਮੁੱਦੇ ਛੱਡ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਜਿਹੜੇ ਹੈ ਉਹ ਜਿਹੜੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ ਕਰਦੇ ਦਿਖਾਈ ਦੇ ਰਹੇ ਨੇ। ਇੱਕ ਪਾਸੇ ਤੁਸੀਂ ਦੇਖ ਰਹੇ ਹੋ, ਇੱਕ ਪਾਸੇ ਕਾਂਗਰਸ ਦੇ MP ਨੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਧਰਮ ਪਤਨੀ ਵੀ ਹੈ ਸ਼ੇਰ ਸਿੰਘ ਘੁਬਾਇਆ ਨੇ, ਅਮਰ ਸਿੰਘ ਬੋਪਾ ਰਾਏ ਨੇ, ਸੁਖਜਿੰਦਰ ਰੰਧਾਵਾ ਨੇ, ਚਰਨਜੀਤ ਸਿੰਘ ਚੰਨੀ ਨੇ, ਡਾਕਟਰ ਧਰਮਵੀਰ ਗਾਂਧੀ ਨੇ, ਜਿੱਥੇ ਇਹ ਸਾਰੇ ਪ੍ਰਦਰਸ਼ਨ ਕਰ ਰਹੇ ਨੇ ਕਿ ਇਸ ਬਜਟ ਦੇ ਵਿੱਚ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ, ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ, ਪੰਜਾਬ ਦੇ ਕਿਸਾਨਾਂ ਵਾਸਤੇ ਇਸ ਬਜਟ ਦੇ ਵਿੱਚ ਕੁਝ ਨਹੀਂ ਹੈ। ਅਤੇ ਦੂਜੀ ਤਸਵੀਰ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਤਖਤੀਆਂ ਫੜੀਆਂ ਨੇ ਕਿ ਕੇਜਰੀਵਾਲ ਕੋ ਰਿਹਾ ਕਰੋ, ED CBI ਕਾ ਦੁਰਉਪਯੋਗ ਬੰਦ ਕਰੋ, ਕੇਜਰੀਵਾਲ ਕੋ ਰਿਹਾ ਕਰੋ, ਤਾਨਾਸ਼ਾਹੀ ਨਹੀਂ ਚਲੇਗੀ। ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਦੇ ਆ ਅਤੇ ਦੂਜੇ ਪਾਸੇ ਜਿਹੜੇ ਉਹ ਕੇਜਰੀਵਾਲ ਦੇ ਮੁੱਦੇ ਨੂੰ ਇਹ ਵਧਾਉਂਦੇ ਦਿਖਾਈ ਦੇ ਰਿਹਾ। ਮੈਂ ਫਿਰ ਆਪਣੀ ਟੀਮ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਆ ਉਹ ਦਿਖਾਉਣ, ਇਹ ਤੁਸੀਂ ਇੱਕ ਵਾਰੀ ਆਪ ਹੀ ਦੇਖ ਲਵੋ। ਇਹ ਕਾਂਗਰਸ ਦੇ ਜਿੱਥੇ MP ਜਿਹੜੇ ਆ ਉਹ ਕਾਂਗਰਸ ਦੇ MP ਪੰਜਾਬ ਦੇ ਮੁੱਦਿਆਂ 'ਤੇ ਇਹ ਉੱਥੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਅਤੇ ਦੂਜੇ ਪਾਸੇ ਉਹ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਲਈ, ਜਦਕਿ ਅਰਵਿੰਦ ਕੇਜਰੀਵਾਲ ਦਾ ਮਸਲਾ ਜਿਹੜਾ ਉਹ ਮਾਣਯੋਗ ਅਦਾਲਤਾਂ ਦੇ ਵਿੱਚ ਚੱਲ ਰਿਹਾ ਹੈਗਾ, ਰਿਹਾਈ ਤਾਂ ਜਿਹੜੀ ਉੱਥੇ ਹੋਣੀ ਆ ਉਹਨਾਂ ਦੀ। ਅੱਜ ਬਜਟ ਦਾ ਬਹੁਤ ਅਹਿਮ ਦਿਨ ਸੀਗਾ, ਉੱਥੇ ਬਜਟ ਦੇ ਉੱਪਰ ਬੋਲਿਆ ਜਾ ਸਕਦਾ। ਹਾਲਾਂਕਿ ਇਸ ਬਜਟ ਤੋਂ ਬਾਅਦ, ਇਸ ਪ੍ਰਦਰਸ਼ਨ ਤੋਂ ਬਾਅਦ, ਹੁਣ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਤੇ ਮਾਲਵਿੰਦਰ ਕੰਗ ਇੱਕ ਮਿੱਠਾ ਪੋਚਾ ਮਾਰਦੇ ਦਿਖਾਈ ਦੇ ਰਹੇ ਇੱਕ ਪ੍ਰੈਸ ਕਾਨਫਰੰਸ ਕਰਕੇ। ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਤੀ ਬਜਟ ਦੇ ਉੱਪਰ, ਬਾਹਰ ਆ ਕੇ ਆਪਣੇ ਦਫ਼ਤਰਾਂ 'ਚ ਬੈਠ ਕੇ ਜਿਹੜਾ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਆ। ਪਰ ਜਿੱਥੇ ਸਰਕਾਰ ਦੀਆਂ ਅੱਖਾਂ 'ਚ ਅੱਖ ਪਾ ਕੇ ਬੋਲਣ ਦੀ ਜ਼ਰੂਰਤ ਸੀ ਪੰਜਾਬ ਦੇ ਮੁੱਦਿਆਂ 'ਤੇ, ਉੱਥੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀਆਂ ਤਖਤੀਆਂ ਲੈ ਕੇ ਖੜੀ ਜਿਹੜੀ ਆ ਉਹ ਦਿਖਾਈ ਦਿੱਤੀ। ਯਾਨੀ ਕਿ ਇਹਨਾਂ ਨੂੰ ਹੋਰ ਕੋਈ ਪੰਜਾਬ ਦਾ ਮੁੱਦਾ ਹੀ ਨਹੀਂ ਮਿਲਿਆ, ਨਾ ਮਾਲਵਿੰਦਰ ਕੰਗ ਨੂੰ, ਨਾ ਜਿਹੜੇ ਉੱਥੇ ਰਾਜਕੁਮਾਰ ਚੱਬੇਵਾਲ ਨੇ, ਨਾ ਉਹਨਾਂ ਨੂੰ ਕੋਈ ਪੰਜਾਬ ਦਾ ਮੁੱਦਾ ਮਿਲਿਆ, ਨਾ ਮੀਤ ਹੇਅਰ ਨੂੰ ਮਿਲਿਆ, ਅਤੇ ਨਾ ਪੰਜਾਬ ਦਾ ਜਿਹੜਾ ਸੰਸਦ ਮੈਂਬਰ ਰਾਘਵ ਚੱਢਾ ਉਹਨੂੰ ਵੀ ਜਿਹੜਾ ਉਹ ਕੋਈ ਮੁੱਦਾ ਜਿਹੜਾ ਉਹ ਮਿਲਿਆ ਨਹੀਂ, ਨਾ ਸੰਦੀਪ ਪਾਠਕ ਨੂੰ ਮਿਲਿਆ। ਇਹ ਪੰਜਾਬ ਦੇ ਵਿੱਚੋਂ ਭੇਜੇ ਹੋਏ ਆ ਪੰਜਾਬੀਓ, ਦੇਖ ਲਓ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦੇ ਜਿਹੜੇ ਆ ਅੱਖੋਂ ਪਰੋਖੇ ਕਰਕੇ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੋਣਾ ਦੀਆਂ ਤਖਤੀਆਂ ਫੜ ਕੇ ਜਿਹੜੇ ਉਹ ਖੜ੍ਹੇ ਹੋਏ ਨੇ, ਤਾਂ ਸਭ ਤੁਸੀਂ ਦੇਖ ਰਹੇ ਹੋ ਕਿ ਹੁਣ ਕੀ ਕੁਝ ਜਿਹੜਾ ਉੱਥੇ ਚੱਲ ਰਿਹਾ ਹੈਗਾ। ਤਾਂ ਇਹਨਾਂ ਦੇ ਲਈ ਅਰਵਿੰਦ ਕੇਜਰੀਵਾਲ ਦੇ ਮਸਲੇ ਜ਼ਰੂਰੀ ਹੋ ਗਏ, ਇਹਨਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਮਸਲੇ ਜ਼ਰੂਰੀ ਨਹੀਂ, ਇਹਨਾਂ ਦੇ ਲਈ ਪੰਜਾਬ ਦੇ ਅੰਦਰ ਜਿਹੜਾ ਡਰੱਗ ਜਿਹੜਾ ਚੱਲ ਰਿਹਾ ਉਹ ਕੋਈ ਮਸਲੇ ਉੱਥੇ ਜ਼ਰੂਰੀ ਨਹੀਂ। ਕੋਈ ਜਿੱਥੇ ਭਗਵੰਤ ਮਾਨ ਵਿੱਤ ਕਮਿਸ਼ਨ ਦੇ ਕੋਲ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਆ, ਉੱਥੇ ਪ੍ਰਦਰਸ਼ਨ ਕਰ ਦਿੰਦੇ ਕਿ ਭਾਈ ਇਸ ਪੈਕੇਜ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਕੋਈ ਰਾਹਤ ਜਿਹੜੀ ਆ ਉਹ ਦੇਣੀ ਚਾਹੀਦੀ ਸੀ। ਉੱਥੇ ਤਾਂ ਕੁਝ ਨਹੀਂ ਬੋਲੇ, ਪਰ
ਉੱਥੇ ਤਖਤੀਆਂ ਲੈ ਕੇ ਖੜ੍ਹੇ ਦਿਖਾਈ ਦਿੱਤੇ, ਪਰ ਬਾਹਰ ਆ ਕੇ ਹੁਣ ਆਪਣੇ ਦਫ਼ਤਰਾਂ 'ਚ ਬੈਠ ਕੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ ਜੀ ਉਹ ਜੀ ਫਲਾਨਾ ਜੀ, ਮਤਲਬ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੀ ਨਹੀਂ। ਜਿੱਥੇ ਸਰਕਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਸੀ, ਜਿੱਥੇ ਸਰਕਾਰ ਨੂੰ ਦਿਖਾਉਣਾ ਸੀ ਕਿ ਅਸੀਂ ਪੰਜਾਬ ਦੇ ਮੁੱਦਿਆਂ 'ਤੇ ਪੰਜਾਬ ਦੇ ਨਾਲ ਖੜ੍ਹੇ ਹਾਂ ਅਤੇ ਪੰਜਾਬ ਨੂੰ ਕੁਛ ਦਿਓ, ਉੱਥੇ ਕੋਈ ਵੀ ਨਾ ਤਾਂ ਪੰਜਾਬ ਦਾ ਰਾਜ ਸਭਾ ਮੈਂਬਰ ਬੋਲਿਆ, ਨਾ ਸੰਦੀਪ ਪਾਠਕ, ਨਾ ਜਿਹੜਾ ਰਾਘਵ ਚੱਡਾ, ਨਾ ਮਾਲਵਿੰਦਰ ਕੰਗ ਐਮ ਪੀ, ਨਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ, ਨਾ ਮੀਤ ਹੇਅਰ, ਨਾ ਹੋਰ, ਇਹ ਕੁਝ ਹੋਰ ਹੀ ਕਰਦੇ ਜਿਹੜੇ ਉਹ ਦਿਖਾਈ ਦੇ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ। ਪਰ ਇਸ ਚੀਜ਼ ਤੋਂ ਲੋਕਾਂ ਨੂੰ ਜਿਹੜੀ ਇਹ ਕਾਫ਼ੀ ਸਬਕ ਲੈਣ ਦੀ ਜਿਹੜੀ ਜ਼ਰੂਰਤ ਹੈ ਕਿ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਚੁਣੋਗੇ ਜਿਹੜੇ ਦਿੱਲੀ ਦੇ ਥੱਲੇ ਲੱਗੇ ਹੋਏ ਨੇ, ਤਾਂ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ। ਜਦੋਂ ਪੰਜਾਬ ਦੇ ਰਾਜ ਸਭਾ ਮੈਂਬਰ ਦੇ ਤੌਰ 'ਤੇ ਰਾਘਵ ਚੱਡਾ ਨੂੰ ਚੁਣਿਆ ਗਿਆ, ਸੰਦੀਪ ਪਾਠਕ ਨੂੰ ਚੁਣਿਆ ਗਿਆ, ਇਹਨਾਂ ਦੇ ਸਮੇਤ ਜਿਹੜੇ ਪੰਜ ਹੋਰ ਬੰਦੇ ਚੁਣੇ ਗਏ ਸੀਗੇ, ਚਾਹੇ ਸਾਹਨੀ ਸਾਹਿਬ ਹੋਣ, ਚਾਹੇ ਹਰਭਜਨ ਸਿੰਘ, ਹਰਭਜਨ ਸਿੰਘ ਠੀਕ ਹੈ ਕਿ ਪੰਜਾਬ ਦੇ ਹੈ ਅਤੇ ਉਹ ਪੰਜਾਬ ਦੇ ਵੱਲੋਂ ਜਿਹੜਾ ਉਹਨਾਂ ਨੇ ਦੇਖੋ ਇੱਕ ਇੰਡੀਆ ਦੇ ਵੱਲੋਂ ਖੇਡ ਕੇ ਕਾਫ਼ੀ ਨਾਂ ਉਹਨਾਂ ਨੇ ਰੋਸ਼ਨ ਕੀਤਾ ਹੈ, ਪਰ ਉਹਨਾਂ ਦੀ ਪੰਜਾਬ ਨੂੰ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੀ ਕੋਈ ਦੇਣ ਨਹੀਂ ਹੈ, ਨਾ ਤਾਂ ਪਾਰਲੀਮੈਂਟ ਦੇ ਅੰਦਰ, ਨਾ ਪਾਰਲੀਮੈਂਟ ਦੇ ਬਾਹਰ। ਅਤੇ ਇਹੋ ਜਿਹੇ ਬੰਦੇ ਨੂੰ ਠੀਕ ਆ ਤੁਸੀਂ ਮਾਣ ਸਤਿਕਾਰ ਦਿਓ ਕਿਉਂਕਿ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਖੇਡ ਕੇ ਕੀਤਾ, ਪਰ ਇਹੋ ਜਿਹੀ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਤੁਸੀਂ ਬਿਠਾ ਤਾ ਜਿੱਥੇ ਉਹ ਪੰਜਾਬ ਦੀ ਜਾ ਕੇ ਗੱਲ ਹੀ ਨਹੀਂ ਕਰ ਸਕਦਾ, ਉਹਦਾ ਫਾਇਦਾ ਕੀ? ਰਾਜ ਸਭਾ ਦੇ ਵਿੱਚ ਸੰਦੀਪ ਪਾਠਕ ਕਦੋਂ ਪੰਜਾਬ ਲਈ ਬੋਲੇ, ਕਦੋਂ ਰਾਘਵ ਚੱਡਾ ਬੋਲੇ, ਕਦੋਂ ਸਾਹਨੀ ਸਾਹਿਬ, ਚਲੋ ਮਾੜਾ ਮੋਟਾ ਗੱਲਬਾਤ ਕਰਦੇ ਰਹਿੰਦੇ ਹੋਣੇ ਆ, ਅਤੇ ਮਤਲਬ ਕੋਈ ਹੋਰ ਕੋਈ ਬੋਲਦਾ ਦਿਖਾਈ ਜਿਹੜਾ ਉਹ ਨਹੀਂ ਦਿੱਤਾ। ਤਾਂ ਜਿੱਥੇ ਹੁਣ ਬੋਲਣ ਦੀ ਜ਼ਰੂਰਤ ਸੀ ਪੰਜਾਬ ਦੇ ਇਸ਼ੂਆਂ ਦੇ ਉੱਪਰ, ਉੱਥੇ ਇਹ ਅਰਵਿੰਦ ਕੇਜਰੀਵਾਲ ਦੇ ਤਖਤੀਆਂ ਲੈ ਕੇ ਖੜ੍ਹੇ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ। ਅਤੇ ਇੱਕ ਪਾਸੇ ਕਾਂਗਰਸ ਦੇ ਐਮ ਪੀ ਉਸ ਬਜਟ ਦੇ ਖਿਲਾਫ ਪੰਜਾਬ ਦੇ ਹੱਕਾਂ ਦੇ ਲਈ ਲੜਦੇ ਦਿਖਾਈ ਦਿੱਤੇ, ਅਤੇ ਦੂਜੇ ਪਾਸੇ ਜਿਹੜੇ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਾਲ ਨੂੰ ਰਿਹਾ ਕਰਵਾਉਣ ਦੇ ਲਈ ਤਖਤੀਆਂ ਲੈ ਕੇ ਖੜ੍ਹੇ ਦਿਖਾਈ ਦਿੱਤੇ। ਪਰ ਹੁਣ ਸਵਾਲ ਇੱਥੇ ਹੈ ਕਿ ਕੀ ਉਹਨਾਂ ਨੂੰ ਪਾਰਲੀਮੈਂਟ ਨੇ ਰਿਹਾ ਕਰਨਾ? ਮਸਲਾ ਤਾਂ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ, ਛੱਡਣਾ ਕੋਰਟ ਨੇ ਹੈ, ਅਤੇ ਜਦੋਂ ਕੋਰਟ ਨੇ ਛੱਡਣਾ ਹੈ ਤਾਂ ਫਿਰ ਇੱਥੇ ਤਖਤੀਆਂ ਲੈ ਕੇ ਖੜ੍ਹਨ ਦਾ ਫਾਇਦਾ ਕੀ? ਕਿਉਂ ਨਹੀਂ ਪੰਜਾਬ ਦੀਆਂ ਹੱਕਾਂ ਦੇ ਲਈ ਜਿਹੜੀ ਉਹ ਗੱਲ ਕੀਤੀ? ਤਾਂ ਉੱਥੇ ਹੀ ਹੁਣ ਜਦੋਂ ਇਹ ਸਾਰਾ ਉੱਥੋਂ ਪਾਰਲੀਮੈਂਟ ਸੈਸ਼ਨ ਦੇ ਵਿੱਚੋਂ ਜਿਹੜਾ ਜਦੋਂ ਬਾਹਰ ਆਏ, ਤਾਂ ਫਿਰ ਹੁਣ ਆਪਣੇ ਦਫ਼ਤਰਾਂ ਦੇ ਵਿੱਚ ਬਹਿ ਕੇ ਪ੍ਰਦਰਸ਼ਨ ਕਰਨ ਦੀ ਜਿਹੜੀ ਉਹ ਜ਼ਰੂਰਤ ਕੀ ਹੈ? ਜਿੱਥੇ ਕਰਨੀ ਸੀ ਪ੍ਰਦਰਸ਼ਨ ਪੰਜਾਬ ਦੇ ਹੱਕਾਂ ਦੇ ਲਈ, ਉੱਥੇ ਜਿਹੜਾ ਉਹ ਕੀਤਾ ਨਹੀਂ। ਹੁਣ ਪ੍ਰੈਸ ਕਾਨਫਰੰਸਾਂ ਕਰਕੇ ਮਿੱਠੇ ਪੋਚੇ ਮਾਰੀ ਜਾਂਦੇ ਆ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੇ ਲਈ, ਅਤੇ ਇੱਥੇ ਜਦੋਂ ਬੋਲਣਾ ਚਾਹੀਦਾ ਸੀ ਉੱਥੇ ਜਿਹੜਾ ਉਹ ਬੋਲ ਨਹੀਂ ਰਹੇ। ਤਾਂ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਾਣਾ ਲੋਕਨਾ ਟੀਵੀ ਦੇ ਨਾਲ।